ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਸਵੇਰ ਤੋਂ ਲੱਗ ਕੇ ਨਾ ਅਤੇ ਮੂਧਾ ਪਾ ਕੇ ਅਤੇ ਇੱਕ ਨੇ ਇੱਧਰ ਕੁਰਸੀ ਡਾਈ ਸੀ ਅਤੇ ਇੱਕ ਨੇ ਆਹ ਡਾਈ ਸੀ ਅਤੇ ਵਿਚਲੇ ਸਨ ਮੂਧਾ। ਇੱਕ ਸਫਾਈ ਇੱਥੇ ਬੈਠਾ ਸੀ, ਇੱਕ ਲੱਕ 'ਚ ਬੈਠਾ ਸੀ, ਲੱਕਤ ਵਾਲੇ ਨੇ ਪੈਰਾਂ ਨੂੰ ਪਕੜੇ ਦਾ ਆਪਸਾ ਬਾਦੋਂ ਰੂਲ ਰਾਤੀ ਲੈ ਕੇ ਅਤੇ ਸਵੇਰੇ 6 ਵਜੇ ਤੋਂ ਲੱਗ ਕੇ 4 ਵਜੇ ਤੱਕ ਰੋਣਾ ਪਾ ਲਿਆ। ਇਸ ਸਮੇਂ ਅਖੀਰ ਮੁੜ ਉਹਨਾਂ ਇੱਥੋਂ ਬਾਹੀਂ ਬੰਦੀਆਂ ਨੇ ਬਾਹੀਂ ਬੰਨ ਕੇ ਲਏ ਇੱਥੋਂ। ਇਹਨਾਂ ਆਖਿਆ ਵਾ ਬੀਬੀ ਦੇ ਛੱਡ। ਮੈਂ ਕਿਹਾ ਜੀ ਬੀਬੀ ਮੇਰੇ ਕੋਲ ਕੋਈ ਨਹੀਂ ਅਤੇ ਨਾ ਆਵਿਆ ਜੇ ਵੀ ਅਗੇ ਮੁੜ ਉਹਨੂੰ ਤੂੰ ਅਗਾਂਹ ਪਿੱਛਾ ਕਰ ਛੱਡ। ਮੈਂ ਕਿਹਾ ਉਹ ਰੋਟੀਆਂ ਪਕਾ ਕੇ ਤੁਹਾਨੂੰ ਖਵਾਉਂਗਾ, ਜੇ ਔਖੀ ਬਣੀ ਤਾਂ ਮੈਂ ਆਖਿਆ ਫਾਇਰ ਮਾਰਾਂਗਾ ਅਤੇ ਤੁਸੀਂ ਆਪਣੇ ਘਰ 'ਚ ਮਾਰਾਂ, ਪਿੱਛਾ ਨਹੀਂ ਦੇਣੀ ਹੁੰਦੀਆਂ ਸਨ। ਉਹ ਫਿਰ ਹੌਲੀ ਹੌਲੀ ਇੱਕ ਦਿਨ ਮਮਦਾਣਾ ਰੇੜਕਾ ਹੈ ਪਿੰਡ, ਉੱਥੇ ਬੜੀਆਂ ਬੜੀਆਂ ਡੂੰਘੀਆਂ ਸੇਮਾਂ ਨੇ। ਉੱਥੇ ਉਹ ਅੰਗਰੇਜ਼ਨੀ ਜਿਹੜੀ ਸੀ ਨਾ ਰਬੜ ਦੀ ਕਿਸ਼ਤੀ ਸੀ ਅਤੇ ਰਬੜ ਦਿਆ ਸਨ ਚੱਪੂ ਜਾਏ, ਉਹ ਬੈਠੀ ਉਹ ਲੱਗੀ ਹੈ ਫਾਇਰ ਕਰਨ। ਉਹ ਕਿਸ਼ਤੀ ਦੇ ਕਦੀ ਪਰਾਂ ਪਏ ਤੁਰੇ ਫਿਰੇ ਦਿਆਂ ਪੈਰਾਂ 'ਚ ਜਾਨ ਪਵੇ ਅਤੇ ਫਿਰ ਇੱਕ ਦਿਨ ਮੈਂ ਸਾਗ ਤੋੜ ਕੇ ਅਤੇ ਸਿਰ 'ਤੇ ਧਰੀ ਉਹਦਿਆਂ ਦੇ ਮੈਂ ਰੋਇਆ ਵਾ, ਉਹਦਿਆਂ ਦੇ ਰੋਇਆ ਮੈਂ। ਜਿੰਨੀਆਂ ਤਫਤੀਸ਼ਾਂ ਹੁੰਦੀਆਂ ਰਹੀਆਂ ਨੇ ਮੇਰੇ ਅੱਲਾ ਨੂੰ ਪਤਾ, ਉਹਦਿਆਂ ਦੇ ਮੈਂ ਐਡਾ ਕੁ ਬੰਨਾ ਸਾਰਾ ਐਡਾ ਆਹ ਮੈਂ ਪੈਰ ਧਰਿਆ ਨਾ ਅਤੇ ਮੈਂ ਡਿੱਗ ਪਿਆ, ਡਿੱਗਿਆ ਫਿਰ ਮੈਂ ਰੋਇਆ ਕਿ ਉਮਰ ਗਲ ਗਈ। ਹੁਣ ਮੈਨੂੰ ਹੀ ਪਰ ਪੀੜ ਹੋਣੀ ਸੀ ਅਤੇ ਮੇਰੀਆਂ ਹੀ ਲੱਤਾਂ, ਆ ਹੁਣ ਮੈਂ ਉਹ ਗੋਡਾ ਲਾ ਕੇ ਆਇਆ ਹਾਂ। ਆਈ ਸਮਝ ਅਵੇ ਸੁੱਜੀ ਨਹੀਂ, ਅਜੇ ਵੀ ਲੱਤ ਵੇਖ ਲੈ ਕਿੰਨੀ ਸੁੱਜੀ, ਇਹਨੂੰ ਵੇਖ ਲੈ ਉਹਨੂੰ ਵੇਖ। ਅਤੇ ਕੁੜੀਆਂ ਵੀ ਜਾਨ ਬੜੀ ਚੰਗੀ ਸੀ, ਜਵਾਬ ਲਾ ਲਓ ਜੇ ਨਿਕਲੇ ਨੇ ਨਾ ਤੇ ਨਾ ਦੂਜੇ ਤੀਜੇ ਦਿਨ ਬਾਅਦ ਉਹ ਕਰੀਮ ਛੀਂਬੇ ਨੇ ਆਖਿਆ ਭਾਈ ਉਹਨਾਂ ਹੁਣ ਕਿਹੜਾ ਆਉਣਾ। ਉਸ ਕੋਈ ਬੰਦਾ 100-150 ਇਕੱਠਾ ਕਰ ਲਿਆ, ਹੱਥ ਵਿੱਚ ਬਦਾਨ ਅਤੇ ਕਿਸੇ ਦੇ ਬਰਛੀ ਹੈ, ਕਿਸੇ ਦੇ ਕੁਛ ਹੈ, ਕਿਸੇ ਦੇ ਕੁਛ। ਉਹ ਫਿਰ ਜਾਗੋ ਵਾਲੇ ਪਏ ਹੋ ਕੇ ਨਾ ਉਹਨਾਂ ਫਿਰ ਹਮਲਾ ਕੀਤਾ ਤੁਹਾਡੇ ਪਿੰਡ ਰੋਖੀ ਦੇ ਉੱਤੇ, ਰੋਖਿਆਂ ਦੇ ਉੱਤੇ ਰਾਮਾ ਘੁਮਿਆਰ ਅਤੇ ਮੇਰਾ ਚਾਚਾ ਮਾਮਦੀਨ ਹੁੰਦਾ ਸੀ, ਇੱਕ ਮੇਰਾ ਪਨਵਈਆ ਨਿਜ਼ਾਮਦੀਨ ਸੀ। ਇਹ ਫਿਰ ਬੱਬਣਾ ਪੈ ਨੇ ਨਾ ਲੁੱਟਮਾਰ ਜੰਦਰੇ ਤੋੜ ਕੇ। ਹਾਂਜੀ ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਅਸਲਾਮ। ਹਾਂਜੀ ਬਾਬਾ ਜੀ ਕੀ ਹਾਲ ਚਾਲ ਹੈ? ਬੜੀ ਖੈਰ ਹੈ ਜਨਾਬ, ਠੀਕ ਠਾਕ ਹੋ? ਕਿੱਦਾਂ ਲੱਗਾ ਮੈਂ ਤੁਹਾਡੀ ਅੱਜ ਗੱਲ ਕਰਾਈ 71 ਸਾਲ ਬਾਅਦ ਇੰਡੀਆ ਦੇ ਵਿੱਚ ਰੋਖੀ ਪਿੰਡ ਦੇ ਬੰਦਿਆਂ ਦੇ ਨਾਲ? ਬੜਾ ਸ਼ੁਕਰੀਆ ਅਦਾ ਕਰਨਾ ਜਿਹੜਾ ਕਿ ਮੇਰੀ ਇੰਨੀ ਗੱਲ 70 ਸਾਲ ਬਾਅਦ ਕਿਸੇ ਭੈਣ ਭਰਾ ਨਾਲ ਹੋਈ ਹੈ। ਨਹੀਂ ਜੀ ਸ਼ੁਕਰੀਆ ਤੇ ਆਵਾਮ ਦਾ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਤੁਹਾਡੀ ਗੱਲ ਉਹਨਾਂ ਤੱਕ ਪਹੁੰਚਾਈ ਅਤੇ ਉਹਨਾਂ ਤੱਕ ਤੁਸੀਂ ਪਹੁੰਚੀ ਤੁਹਾਡੀ ਵੀਡੀਓ ਅਤੇ ਉਹਨਾਂ ਨੇ ਕਿਸਾਨਾਂ ਨਾਲ ਰਾਬਤਾ ਕੀਤਾ ਸੀ, ਤੁਹਾਡੇ ਨਾਲ ਗੱਲ ਕਰਵਾਈ ਉਹਨਾਂ ਦੀ ਜੀ, ਅਤੇ ਅੱਜ ਤੁਸੀਂ ਫਿਰ ਆਪਣੀਆਂ ਦਿਲ ਦੀਆਂ ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ ਉਹਨਾਂ ਦੇ ਨਾਲ ਜੀ, ਕਿੱਦਾਂ ਦਾ ਲੱਗਾ ਫਿਰ? ਅੱਲਾ ਦਾ ਬੜਾ ਸ਼ੁਕਰ, ਬੜਾ ਸੋਹਣਾ ਲੱਗਾ ਅਤੇ ਬੜਾ ਦਿਲ ਖੁਸ਼ ਹੋਇਆ। ਪਿੱਛੇ ਜਦੋਂ ਅਸੀਂ ਤੁਹਾਡੀ ਵੀਡੀਓ ਬਣਾਈ ਉਦੋਂ ਰਮਜ਼ਾਨ ਦਾ ਮਹੀਨਾ ਸੀ ਜੀ, ਉਦੋਂ ਅਜ਼ਾਨ ਦਾ ਟਾਈਮ ਹੋ ਗਿਆ ਸੀ ਅਤੇ ਅਸੀਂ ਵੀਡੀਓ ਬੜੀ ਮੁਕਤਸਰ ਬਣਾਈ ਸੀ ਜੀ, ਅਸੀਂ ਕੁਝ ਚੀਜ਼ਾਂ ਵਿੱਚ ਮਿਸ ਕਰ ਗਏ ਸਾਂ, ਜਿੱਦਾਂ ਅਸੀਂ ਤੁਹਾਡੇ ਕੋਲ ਹੋਰ ਵੀ ਚੀਜ਼ਾਂ ਪੁੱਛਣੀਆਂ ਸੀ ਜੀ। ਰੋਖੀ ਪਿੰਡ ਦੇ ਵਿੱਚ ਬਾਦ ਸੀ? ਹਾਂਜੀ ਹਾਂਜੀ, ਉੱਥੋਂ ਦੀਆਂ ਤੁਸੀਂ ਮੈਨੂੰ ਹੋਰ ਤਰੀਕੀ ਗੱਲਾਂ ਦੱਸਣੀਆਂ ਸੀ ਸਾਨੂੰ। ਮੈਂ ਦੱਸੋ ਜਦੋਂ ਉੱਥੋਂ ਦੇ ਸਿੱਖ 47 ਵੇਲੇ ਜੀ ਉੱਜੜ ਕੇ ਗਏ ਨੇ, ਹਾਂਜੀ, ਉਦੋਂ ਕੀ ਉਹਨਾਂ ਨਾਲ ਵਰਤਿਆ ਗਿਆ ਅਤੇ ਉਹਨਾਂ ਨੇ ਸੁਣਿਆ ਕੋਈ ਗੱਡੀਆਂ ਛੱਡੀਆਂ ਵੀ ਤੁਸੀਂ ਨਾਲ ਲੁੱਟਦੇ ਰਹੇ ਹੋ ਸਿੱਖਾਂ ਦੀਆਂ ਦੇ ਨਾਲ ਜਾਂ ਅੰਗਰੇਜ਼ਾਂ ਦੇ ਨਾਲ, ਉਹਦੇ ਬਾਰੇ ਸਾਨੂੰ ਅੱਜ ਥੋੜ੍ਹੀ ਰੋਸ਼ਨੀ ਪਾਓ। ਉਹਨਾਂ ਵਜ੍ਹਾ 'ਚ ਇਹ ਵੇ ਕਿ ਜਿਹੜਾ ਵਕਤ ਲੱਗ ਗਿਆ ਨਾ ਉਹਨਾਂ ਦੇ ਨਾਲ, ਹਾਂਜੀ, ਉਹ ਬੜਾ ਸੋਹਣਾ ਅੱਲਾ ਨੇ ਲਗਾਇਆ ਅਤੇ ਖੁਦਾ ਦਾ ਸ਼ੁਕਰ ਹੈ ਕਿ ਜਿੰਨਾ ਭੈਣ ਭਰਾ ਕਰਦੇ ਰਹੇ। ਉਹਦੇ ਵਿੱਚ ਇਹ ਕਿ ਜਿਸ ਵੇਲੇ ਇਹ ਭਰਾ ਨਿਕਲੇ ਨੇ ਉੱਥੋਂ
ਹੁਣ ਜਿਹੜਾ ਦੁੱਖ ਹੈ ਉਹ ਕੋਈ ਵੰਡ ਨਹੀਂ ਸਕਦਾ। ਸਹੀ ਗੱਲ ਹੈ। ਦੁੱਖ ਤਾਂ ਹਰ ਬੰਦੇ ਨੂੰ, ਉਹ ਬੰਦਾ ਨਹੀਂ ਕਿ ਜਿਹਨੂੰ ਦੁੱਖ ਨਹੀਂ ਆਉਂਦਾ। ਰਲ ਕੇ 100 ਸਾਲ 200 ਸਾਲ ਵਸਦੇ ਹੋਈਏ ਅਤੇ ਉਹਦੇ ਵਿੱਚ ਉਹਨਾਂ ਨੂੰ ਸਾਡਾ ਅਹਿਸਾਸ ਸੀ, ਸਾਨੂੰ ਉਹਨਾਂ ਦਾ ਅਹਿਸਾਸ ਸੀ। ਉਹਦੇ ਵਿੱਚ ਜਿਸਲੇ ਉਹ ਨਿਕਲੇ ਨੇ, ਸਾਡੇ ਪਿੰਡ ਦਾ ਇੱਕ ਬੱਬਰਾਂ ਦਾ ਕਰੀਮ ਛੀਂਬਾ ਹੁੰਦਾ ਸੀ, ਉਹ ਕੱਪੜੇ ਛੱਪੜੇ ਇਸਤਰੀ ਕਰਕੇ ਦਿੰਦਾ ਸੀ। ਉਹ ਸਾਰੇ ਪਿੰਡ ਦਾ ਵਾਕਫ ਸੀ, ਧੋਬੀ ਸੀ, ਛੀਂਬਾ ਧੋਬੀ ਨੂੰ ਜਾਂਦੇ ਨੇ। ਜਿਸਲੇ ਉਹ ਵਾਕਫ ਸੀ ਸਾਰਾ, ਇੱਕ ਵਜ਼ੀਰ ਮਰਾਸੀ ਹੁੰਦਾ ਸੀ, ਉਹ ਵੀ ਬੱਬਰੀ। ਉੱਥੇ ਇਹ ਹਿਸਾਬ ਲਾ ਲਓ ਜੇ ਨਿਕਲੇ ਨੇ ਨਾ, ਅਤੇ ਇਹਨਾਂ ਦੂਜੇ ਤੀਜੇ ਦਿਨ ਬਾਅਦ ਉਹ ਕਰੀਮ ਛੀਂਬੇ ਨੇ ਆਖਿਆ ਭਾਈ ਉਹਨਾਂ ਹੁਣ ਕਿਹੜਾ ਆਉਣਾ। ਉਸ ਕੋਈ ਬੰਦਾ 100-150 ਇਕੱਠਾ ਕਰ ਲਿਆ, ਹੱਥ ਵਿੱਚ ਬਦਾਨ ਅਤੇ ਕਿਸੇ ਦੇ ਬਰਛੀ ਹੈ, ਕਿਸੇ ਦੇ ਕੁਛ ਹੈ, ਕਿਸੇ ਦੇ ਕੁਛ। ਉਹ ਫਿਰ ਜਾਗੋ ਵਾਲੇ ਪਏ ਹੋ ਕੇ ਨਾ ਉਹਨਾਂ ਫਿਰ ਹਮਲਾ ਕੀਤਾ ਤੁਹਾਡੇ ਪਿੰਡ ਰੋਖੀ ਦੇ ਉੱਤੇ, ਰੋਖਿਆਂ ਦੇ ਉੱਤੇ। ਰਾਮਾ ਘੁਮਿਆਰ ਅਤੇ ਮੇਰਾ ਚਾਚਾ ਮਾਮਦੀਨ ਹੁੰਦਾ ਸੀ, ਇੱਕ ਮੇਰਾ ਪਨਵਈਆ ਨਿਜ਼ਾਮਦੀਨ ਸੀ। ਇਹ ਫਿਰ ਬੱਬਰਾਂ ਦੇ ਪੈ ਨੇ ਨਾ ਲੁੱਟ ਮਾਰ ਜੰਦਰੇ ਤੋੜ ਕੇ, ਉਸ ਟਾਈਮ ਸਿੱਖ ਤੁਰ ਗਏ ਸਨ, ਹਾਂ ਸਿੱਖ ਚਲੇ ਗਏ, ਚਲੇ ਗਏ ਸਨ। ਇੱਕ ਵਾਰੀ ਫਿਰ ਉਹ ਪੁਰਾਣੇ ਸਿੱਖਾਂ ਦੇ ਨਾਂ ਯਾਦ ਕਰਾ ਦਿਓ ਜਿਹੜੇ ਉੱਥੋਂ ਦੇ ਸਿੱਖਾਂ ਦੇ। ਉਹ ਪਹਿਲੇ ਉਹਨਾਂ ਆ ਕੇ ਬੰਤਾ ਸਿੰਘ ਭਗਤ ਦਾ ਜੰਦਰਾ ਤਰੋੜਿਆ, ਉਹਦਾ ਤਰੋੜ ਕੇ ਸੰਤਾ ਸਿੰਘ, ਹਜ਼ਾਰਾ ਸਿੰਘ, ਉਹਨਾਂ ਮੁੜ ਛੱਡਿਆ ਨਹੀਂ, ਹਜ਼ਾਰਾ ਸਿੰਘ, ਕਰਤਾਰ ਸਿੰਘ, ਸੁੰਦਰ ਸਿੰਘ, ਇੰਦਰ ਸਿੰਘ, ਨਿਸ਼ਾਨ ਸਿੰਘ, ਸਾਰਿਆਂ ਦੇ ਘਰ ਖਾਲੀ ਕੀਤੇ, ਸਭ ਉਹਨਾਂ ਖਾਲੀ ਤੋੜੇ ਨੇ। ਜਿਹਦਾ ਜਿਹਦਾ ਘਰ ਉਹ ਆਉਂਦਾ ਸੀ ਨਾ, ਸਭ ਦੇ ਤੋੜੇ। ਬਾਲ ਸਿੰਘ ਕੇ ਸਨ, ਉਹਨਾਂ ਦੇ ਘਰ ਤੋੜੇ ਨੇ। ਉਹਦਾ ਘਰ ਸੀ ਰਾਮੇ ਕਿਆ ਘਰਾਂ। ਬਾਲ ਸਿੰਘ ਨੇ ਇੱਕ ਚੋਰੀ ਕੀਤੀ ਸੀ ਅਤੇ ਦੋ ਪੈਲੀਆਂ ਦੇ ਵਿੱਚ ਉਸ ਮਕਾਨ ਛੱਤੇ ਸਨ, ਇੱਕ ਉਸ ਟਾਈਮ 47 ਵੇਲੇ, ਹਾਂਜੀ, ਇੱਕ ਚੋਰੀ ਕਰਕੇ ਦੋ ਪੈਲੀਆਂ ਮਕਾਨ ਛੱਤੇ ਹਨ। ਜਿਹੜੀ ਦੌਲਤ ਸੀ ਨਾ ਉਹ ਕੰਧ ਦੇ ਵਿੱਚ ਸੀ। ਅੱਛਾ, ਨੱਪ ਕੇ ਗਏ ਸੀ ਉਹ? ਨਹੀਂ ਨਹੀਂ, ਉਹ ਜਿੱਥੋਂ ਉਹ ਚੋਰੀ ਕੀਤੀ ਸੀ, ਉਹ ਸੀ ਕੰਧ ਦੇ ਵਿੱਚ, ਉਹਦੇ ਉੱਤੇ ਸੱਪ ਸੀ ਫਨੀਅਰ। ਉਹ ਬਾਲ ਸਿੰਘ ਜਿਹੜਾ ਸੀ ਤਰਾਏ ਰਾਤੀ ਉਸ ਅੰਦਰ ਰਿਹਾ ਸੀ, ਤੀਜੀ ਰਾਤੀ ਉਹਨੂੰ ਮੁੜੋ ਕੰਧ ਵਿੱਚੋਂ ਲੱਦਾ, ਉਹ ਸੱਪ ਮਾਰ ਕੇ ਅਤੇ ਉਹ ਦੌਲਤ ਲਿਆਇਆ ਸੀ। ਉਸ ਆ ਕੇ ਅੱਜ ਵੀ ਰੋਖਿਆਂ ਦੀ ਮਸੀਤ ਕੋਲ ਬੂਹੇ ਅੱਗੇ ਲੱਗੇ ਜਾਓ, ਅੰਨ ਧਿਆਨ ਮਾਰੋ ਅਤੇ ਉਹ ਸੱਪ ਦਾ ਨਿਸ਼ਾਨ ਹੈ ਉੱਥੇ, ਹਾਂਜੀ, ਜਿਹੜਾ ਉਸ ਮਾਰ ਕੇ ਅਤੇ ਦੌਲਤ ਆਉਂਦੀ ਸੀ। ਉਹ ਮਕਾਨ ਅਜੇ ਹੈਗਾ, ਉਹ ਇੱਥੋਂ ਲਾ ਕੇ ਦੋ ਪੈਲੀਆਂ 'ਚ ਲੰਮੇ ਨੇ, ਇੱਕ ਥਾਂ ਹੀ ਕਮਰੇ ਪਾਈ ਗਿਆ। ਆਪ ਉੱਥੇ ਰਹਿੰਦਾ? ਨਹੀਂ, ਆਪ ਹਿੰਦੁਸਤਾਨ। ਅੱਛਾ, ਉਹ ਚਲਾ ਗਿਆ। ਹਾਂ, ਸਹੀ ਹੋ ਗਿਆ। ਮੈਨੂੰ ਇਹ ਵੀ ਦੱਸੋ, ਮੈਨੂੰ ਇਹ ਵੀ ਪਤਾ ਲੱਗਾ ਤੁਹਾਡਾ ਜਦੋਂ ਤੁਸੀਂ ਉੱਥੇ ਰਹਿੰਦੇ ਸੀ, ਹਾਂ, ਉਸ ਤੋਂ ਜਦੋਂ ਸਿੱਖਾਂ ਤੋਂ ਬਾਅਦ ਅੰਗਰੇਜ਼ ਉੱਥੇ ਆਏ ਨੇ ਜਾਂ ਪਹਿਲਾਂ ਤੁਹਾਡਾ ਜਿਹੜੇ ਵਡੇਰੇ ਸਨ ਉਹਨਾਂ ਦੇ ਨਾਲ ਫਿਰਦੇ ਸਨ ਜਾਂ ਤੁਸੀਂ ਉਹਨਾਂ ਦੇ ਨਾਲ ਫਿਰਦੇ? ਉਹ ਜਦੋਂ ਅੰਗਰੇਜ਼ ਦਾ ਹੀ ਸੀ, ਜਦੋਂ ਅੰਗਰੇਜ਼ ਨਹੀਂ ਸੀ ਤੁਹਾਡੇ ਨਾਲ ਰਹਿੰਦੀ ਸੀ, ਤੁਹਾਨੂੰ ਉਹ ਬਾਅਦ ਵਿੱਚ ਆਈ ਹੈ, ਉਹਦਾ ਦੱਸੋ ਕੀ ਹਿਸਾਬ? ਉਹਦਾ ਇਹ ਸੀ ਕਿ ਜਿਹੜਾ ਮਾਲਕ ਰਿਆਸਤ ਪਟਿਆਲੇ ਵਾਲਾ ਸੀ ਨਾ, ਹਾਂਜੀ, ਉਸ ਆ ਕੇ ਰੋਖਿਆਂ ਵਾਲੀ ਭੂਮੀ ਪੁਆਈ ਸੀ ਸਾਰੀ, ਜਿਹੜੀ ਰਕਬਾ ਜਾਗੋ ਵਾਲੇ ਦਾ ਸੀ। ਉਸ ਮੁਲਕ ਬਾਦਸ਼ਾਹ ਬੰਦਾ ਸ਼ਿਕਾਰ ਖੇਡਦਾ ਸੀ ਬੜਾ, ਖਲੀਫਾ ਸਾਈਦ, ਸੈਯਦ ਆਦੀ ਸ਼ਾਹ ਦਾ ਪੁੱਤਰ ਸੀ। ਉਹ ਜਨਾਬ ਵਾਲੀ ਉਹ ਸ਼ਿਕਾਰ ਜਾਂਦਾ ਸੀ, ਮੈਂ ਵੀ ਉਹਦੇ ਨੌਕਰ ਸੀ, ਮੁੰਡੇ ਲਿਜਾਣੇ ਜਾ ਕੇ ਪਾਣੀ ਦਾ ਸ਼ਿਕਾਰ ਖੇਡਦੇ ਸੀ, ਮੱਛਲੀ ਦਾ, ਮੈਂ ਮਗਰਾਬੀ ਦਾ, ਮਗਰਾਬੀ ਦਾ ਬੰਦੂਕ ਦਾ ਸ਼ਿਕਾਰ ਸੀ, ਜਾ ਕੇ ਬੰਗਲੇ ਜ਼ਰਬ ਕਰਾ ਲੈਣੇ ਅਤੇ ਤਰੇ ਤਰੇ ਦਿਨ ਬਾਹਰ ਸ਼ਿਕਾਰ ਖੇਡਣਾ। ਉਹਦੇ ਵਿੱਚ ਨਾਲ ਅੰਗਰੇਜ਼ ਵੀ ਆਉਂਦੇ ਸਨ, ਨਾਲ ਅੰਗਰੇਜ਼ਣੀਆਂ ਹੁੰਦੀਆਂ ਸਨ। ਉਹ ਫਿਰ ਹੌਲੀ ਹੌਲੀ ਇੱਕ ਦਿਨ ਮਮਦਾਣਾ ਰੇੜਕਾ ਹੈ ਪਿੰਡ,
ਉੱਥੇ ਬੜੀਆਂ ਬੜੀਆਂ ਡੂੰਘੀਆਂ ਸੇਮਾਂ ਨੇ। ਉੱਥੇ ਉਹ ਅੰਗਰੇਜ਼ਨੀ ਜਿਹੜੀ ਸੀ ਨਾ, ਰਬੜ ਦੀ ਕਿਸ਼ਤੀ ਸੀ ਅਤੇ ਰਬੜ ਦਿਆ ਸਨ ਚੱਪੂ ਜਾਏ, ਉਹ ਬੈਠੀ, ਉਹ ਲੱਗੀ ਹੈ ਫਾਇਰ ਕਰਨ, ਉਹ ਕਿਸ਼ਤੀ ਜਿਹੜੀ ਇਹਨਾਂ ਉਲਟ ਗਈ ਹੈ, ਉਹ ਵਿੱਚ ਜਾ ਪਈ ਹੈ, ਦੋ ਦੋ ਬੰਦੇ ਪਾਣੀ ਡੂੰਘਾ ਸੀ, ਉਹ ਜਿਹੜੇ ਵਿੱਚ ਪਈ ਹੈ ਅਤੇ ਮੈਂ ਉੱਥੋਂ ਛਾਲ ਮਾਰ ਦਿੱਤੀ ਬਚਾਉਣ ਵਾਸਤੇ। ਉਹ ਰੱਥਾ ਜੋ ਮੈਂ ਕਿਸ਼ਤੀ ਦਾ ਰੱਥਾ ਮੈਂ ਖਿੱਚੀ ਜਾਂਦਾ, ਹਾਂਜੀ, ਉਹ ਮੈਂ ਵੀ ਛਾਲ ਮਾਰ ਦਿੱਤੀ ਹੈ। ਹੱਥ ਦੇ ਕੋਲੋਂ ਜਾ ਕੇ ਨਾ ਨਾਲੀਓਂ ਕੋਈ ਗਿੱਠ ਥੱਲੇ ਮੇਰਾ ਹੱਥ ਪੈ ਗਿਆ ਬੰਦੂਕ ਨੂੰ, ਉਹਨੂੰ ਮੈਂ ਉਹਦਾ ਖਿੱਚਿਆ, ਉਹਦਾ ਹੱਥ ਸੀ ਘੋੜੇ 'ਤੇ, ਉਹ ਬੰਦੂਕ ਚੱਲ ਗਈ, ਬਚ ਗਏ, ਉਹਦਾ ਖਿੱਚ ਕੇ ਮੈਂ ਬਾਹਰ ਕੱਢ ਲਿਆਂਦੀ, ਬਾਹਰ ਕੱਢ ਕੇ ਨਾ ਤਾਂ ਉਹਨੂੰ ਗੋਡਿਆਂ 'ਤੇ ਪਾ ਦਿੱਤਾ, ਉਹਦੇ ਅੰਦਰੋਂ ਜਿਹੜਾ ਪਾਣੀ ਗਿਆ ਸੀ ਨਾ ਨਿਕਲਿਆ, ਉਹ ਨਿਕਲ ਗਿਆ। ਉਸ ਫਿਰ ਜਦੋਂ ਮੈਂ ਕੋਈ ਬਾਣੀ ਵੀ ਆ ਜਾਣੀ, ਉਸ ਉੱਥੇ ਆ ਗਿਆ ਔਰੈਟ, ਉਹ ਮੁੰਡਿਆਂ ਨੇ ਮੁੜ ਮਜ਼ਾਕ ਬਣਾ, ਤੇਰੀ ਮਾਸੀ ਸਰਦੀ ਆ, ਹਾਂਜੀ। ਉਹ ਹੌਲੀ ਹੌਲੀ ਰਾਤ ਅਸੀਂ ਆ ਗਏ ਮੰਡੀ ਬਾਬਲਦੀਨ ਦੀ, ਮੰਡੀ ਬਾਬਲਦੀਨ ਦੀ ਗੁਲਾਮ ਰਸੂਲ ਡਾਕਟਰ ਉਹਦੀ ਕੋਠੀ, ਉੱਥੇ ਆਏ ਵੱਡੇ ਮੁੰਡਿਆਂ ਸਾਰਿਆਂ, ਸਾਹਿਬ ਬਹਾਦਰ ਗੁੱਡ ਮੋਰਨਿੰਗ, ਥੈਂਕ ਯੂ ਸਾਹਿਬ ਬਹਾਦਰ ਗੁੱਡ ਮੋਰਨਿੰਗ। ਕਿਹਨੂੰ ਕਹਿੰਦੇ ਸੀ? ਅੰਗਰੇਜ਼ਨੀ ਨੂੰ। ਅੰਗਰੇਜ਼ਨੀ ਉਸ ਵੇਲੇ ਮੌਤ ਬਿਰਨੀ ਸੀ, ਉਹਨਾਂ ਦੀ ਵੀ ਭਾਈਵਾਲ ਸੀ, ਮੈਡਮ ਸੀ ਉਹਨਾਂ ਦੀ, ਹਾਂ। ਉਹ ਜਿਸ ਵੇਲੇ ਮੈਂ ਕਿਹਾ ਅੱਛਾ ਸਾਹਿਬ ਗੁੱਡ ਮੋਰਨਿੰਗ, ਤਾਂ ਨਾਓ ਕਮ ਆਨ ਸਿਟ ਡਾਊਨ, ਕਮ ਆਨ ਸਿਟ ਡਾਊਨ, ਹਾਂ ਬਹਿ ਜਾ। ਮੈਂ ਕਿਹਾ ਬਾ, ਮੈਨੂੰ ਆਉਂਦਾ ਉਹ ਆਉਂਦੀ ਹੈ, ਮੈਂ ਲੈ ਜਾਣਾ ਕਿੱਥੇ? ਘਰ ਆਪਣੀ ਕੋਠੀ ਲਾਹੌਰ, ਮੈਂ ਤੈਨੂੰ ਨਾਲ ਲੈ ਜਾਣਾ। ਮੈਂ ਮੁੰਡਿਆ, ਮੈਂ ਕਿਹਾ ਜੀ ਮੇਰੇ ਜੀ ਬਿਮਾਰ ਨੇ ਅਤੇ ਮੇਰੇ ਬੱਚੇ ਜਿਹੜੇ ਨੇ ਨਾ ਉਹ ਰੁਲ ਜਾਣਗੇ। ਅੱਛਾ ਅੱਛਾ। ਉਸ ਆਖਿਆ ਤੂੰ ਇਹ ਨਹੀਂ ਛੱਡਦੀ ਪਈ, ਉਹਦੀ ਵੀ ਛੱਡਣ ਸੀ। ਕਿਹਦੀ? ਖਲੀਫੇ ਦੀ। ਅੱਛਾ, ਤੈਨੂੰ ਵੀ ਪਸੰਦ ਕਰ ਲਿਆ ਉਹਨੇ? ਹਾਂ। ਉਸ ਆਖਿਆ ਤੂੰ ਇੰਜ ਕੰਮ ਕਰ, ਮਗਰ ਗੱਡੀ 'ਤੇ ਬਹਿ ਜਾ ਅਤੇ ਜਿਸ ਵੇਲੇ ਜਾਵਾਂਗੇ ਨਾ ਕੁਦਰਾਂ ਵਾਲੇ, ਮੈਂ ਉੱਥੇ ਖਿਲਾਰਾਂਗਾ ਅਤੇ ਤੂੰ ਮਗਰੋਂ ਨਿਕਲ ਜੇ। ਜਿਹੜੇ ਆਇਆ ਨਾ ਸੀ, ਅੱਜ ਇੱਥੇ ਹੁਣ ਅੱਡਾ ਹੈ, ਲਾਰੀ ਅੱਡਾ, ਇੱਥੇ ਸਿਰਫ ਉਦੋਂ ਇੱਕ ਪੰਪ ਹੁੰਦਾ ਸੀ, ਹਾਂ ਪੈਟਰੋਲ ਪੰਪ, ਉੱਥੇ ਆਏ ਹਾਂ। ਉਸ ਪੰਪ ਦੇ ਤੇਲ ਪਵਾਉਣ ਦੇ ਬਹਾਨੇ ਬ੍ਰੇਕ ਲਾਈਏ, ਮੈਂ ਪਿੱਛੋਂ ਜੀਪ ਸੀ ਪਿੱਛੋਂ ਨਿਕਲ ਗਿਆ, ਮੈਂ ਘਰ ਤੁਰ ਗਿਆ। ਮੈਂ ਆਈ ਸਾਂ ਵੀ ਨੌਕਰ ਅਤੇ ਮੈਂ ਐਡੀ ਪਰਵਾਹ ਨਹੀਂ ਸੀ ਕਦੀ ਸਮਝੀ, ਮੈਂ ਦਿਲ ਕੀਤਾ ਅਤੇ ਜਾਣਾ ਹੈ। ਮੈਂ ਨਾ ਦੂਜੇ ਦਿਨ ਕੱਪੜੇ ਬਦਲ ਕੇ ਮੈਂ ਡੀਗਰ ਕੋਲ ਨਾਲ ਮੈਂ ਕਿਹਾ ਮੈਂ ਚੱਲਣਾ ਬਾਗ 'ਚ ਫੇਰਾ ਮਾਰ ਕੇ ਆਉਣਾ। ਤਰਾਏ ਮੁਰੱਬੇ ਬਾਗ ਸੀ, ਕੋਈ ਹਿਸਾਬ ਨਹੀਂ ਸੀ ਕਿ ਕਾਹਦਾ, ਹਾਂਜੀ ਸਿੱਖਾਂ ਦਾ ਲੱਗਾ ਸੀ ਕਿ ਨਾ, ਇਹ ਹਿਸਾਬ ਲਵਾਇਆ ਸੀ ਆਪਣਾ, ਬੜੀ ਬੜੀ ਦੂਰੋਂ ਇਸ ਲਿਆ ਕੇ ਕੇਲਾ ਲਾਏ, ਬਾਰਾਂ ਮਾਸੀ, ਛੇ ਮਾਸੀ, ਦਸਹਿਰੀ, ਗੋਲਾ ਰਾਮਪੁਰ, ਗੋਲਾ ਲੰਗੜਾ, ਇੱਕ ਮੇਰਾ ਬਾ ਅੰਬ ਸਨ, ਕਿੰਨੋ ਅਤੇ ਲੀਚੀ, ਇਹ ਮਰੂਦ, ਕੋਈ ਫਲ ਨਹੀਂ ਸੀ ਕਿ ਜਿਹੜਾ ਨਹੀਂ ਸੀ, ਹਾਂਜੀ। ਆਪਣਾ ਇੱਦੋਂ ਕਾਛੇ ਚੁੱਕੀ ਉਹਦਾ ਨਾਂ ਲੈਂਦੇ ਨੇ। ਉਸ ਕੇਲਾ ਲੱਦਿਆ ਸੀ ਜਹਾਜ਼ 'ਤੇ ਲਿਆ ਕੇ ਬਾਗ ਹੀ ਛੱਟਿਆ ਸੀ, ਹਾਂਜੀ। ਉਹਦੇ ਨਾਲ ਮੇਰਾ ਖਿਆਲ ਹੈ ਢਾਈ ਢਾਈ ਤਰ੍ਹਾਂ ਤਰ੍ਹਾਂ ਸੌ ਛੱਲੀ ਕੇਲੀ ਨੂੰ ਲੱਗਦੀ ਸੀ, ਕੇਲੀ ਅੱਡਰੀ ਸੀ, ਕੇਲਾ ਅੱਡਰਾ ਸੀ। ਅੱਛਾ, ਫਿਰ ਤੁਹਾਡੀ ਜਾਨ ਛੁੱਟ ਗਈ? ਅੱਛਾ, ਉੱਥੇ ਜਨਾਬ ਅਸੀਂ ਉਸ ਜਿਹੜੇ ਜਾ ਕੇ ਵੇਖਿਆ ਪਏ, ਉਹ ਵਿੱਚ ਕੋਈ ਨਹੀਂ, ਰਾਤ ਉਸ ਕੱਢੀਏ ਪਏ ਜਿਵੇਂ ਨਿਕਲੀ ਹੈ, ਉਹਨੂੰ ਲੈ ਕੇ ਉੱਥੇ ਬਾਗ 'ਚ ਆ ਗਈ। ਅੱਗੋਂ ਮੈਂ ਜਾਂਦਾ ਵਾਂ ਅਤੇ ਉਹ ਮੁੰਡਾ ਭੱਜਾ ਹੁੰਦਾ ਡਰਾਈਵਰ, ਬਹੁਤ ਹੀ ਫੁੱਦਿਆ ਹੋਵੇ, ਸਾਨੂੰ ਮੁਫ਼ਤ ਪਾਇਆ ਉਹਨੇ, ਉਹ ਮੈਂ ਕਿਹਾ ਹੋਇਆ ਕੀ ਆ ਕੁੜੀ ਆ ਲਿਆ, ਅੰਦਰੋਂ ਮਾਸੀ ਤੇਰੀ ਆਈ ਵੀ ਆ ਫਿਰ। ਅੱਛਾ, ਮਾਸੀ ਆਈ? ਉਹ ਜਨਾਬ ਮੈਂ ਗਿਆ ਵਾਂ ਗੁੱਡ ਮੋਰਨਿੰਗ, ਉਹਨੇ ਕਲਾਮ ਕੀਤੀ,
ਨਹੀਂ ਕੀਤੀ ਨਾ ਉਹ ਮੂੰਹ ਲਾਮੇ ਕਰ ਲਿਆ ਨਾਰਾਜ਼ ਹੋਈ ਚੁੱਪ ਕਰ ਗਿਆ ਉਹਦਾ ਕਿਹਾ ਭਾਈ ਇਹ ਆਈਏ ਮੈਂ ਲਿਜਾਣਾ ਮੈਂ ਕਿਹਾ ਵੇਖ ਲਾ ਮੇਰੇ ਆਟੇ ਵਾਲੇ ਹੱਥ ਮੈਂ ਉਂਝ ਹੀ ਕਰ ਦਿੱਤੇ ਮੈਂ ਹੁਣ ਪਕਾ ਕੇ ਮੇਰੀ ਨਿੱਜਤ ਜੂ ਨਹੀਂ ਸੀ ਜਾਣ ਦੀ ਮੈਂ ਪਕਾ ਕੇ ਮੈਂ ਵੇਖ ਲਿਆ ਮੈਂ ਰੋਟੀਆਂ ਪਕਾ ਕੇ ਆਇਆ ਘਰ ਵਾਲੀ ਬਿਮਾਰ ਪਈ ਅਤੇ ਮੇਰੇ ਘਰ ਕੋਈ ਖਰਚਾ ਨਹੀਂ ਮੈਂ ਕਿਸੇ ਮਨ ਦਾਣਿਆਂ ਦਾ ਕਿਸੇ ਲਿਆਉਣਾ ਫਿਰ ਪਕਾਉਣਾ ਰਾਤ ਨੂੰ ਉਸ ਨੂੰ ਠਹਿਰਾ ਕੇ ਨਾ ਬੜੀ ਅੰਗਰੇਜ਼ੀ ਠਹਿਰਾ ਕੇ ਅਤੇ ਤਾਂ ਉਹਨਾਂ ਨੂੰ ਸਮਝ ਅੰਗਰੇਜ਼ੀ ਦੀ ਆਉਂਦੀ ਸੀ ਹਾਂਜੀ ਉਸ ਆਖਿਆ ਵੈ ਇਹ ਆਉਂਦਾ ਮੇਰੇ ਘਰ ਖਰਚਾ ਕੋਈ ਘੱਟ ਕੇ ਰੁਪਈਆ ਆਧਾਰ ਉਸ ਵਕਤ 'ਚ ਹਾਂਜੀ ਅੱਜ ਲੱਖ ਵਰਗਾ ਸੀ ਮੈਂ 10 ਰੁਪਏ ਤਾਂ ਕਣਕ ਸੀ ਉਹ ਮੈਂ ਡਰਾਈਵਰ ਮੈਂ ਕਿਹਾ ਵਾ ਹੁਣ ਤਾਂ ਗਾ ਅਖੀਰ ਹੋ ਗਈ ਹੈ ਮੈਂ 500 ਦਿੱਤਾ ਡਰਾਈਵਰ ਨੂੰ ਮੈਂ ਕਿਹਾ ਲੈ ਵਾ 10 ਮਣ ਕਣਕ ਲੈ ਦੀ ਦੂਜੇ ਮੇਰੇ ਜੀਆਂ ਨੂੰ ਪੂਰਾ ਦੇ ਨਾਲ ਬਹਿ ਗਿਆ 1 ਵਜੇ ਰਾਤ ਦੇ ਪਹੁੰਚ ਗਿਆ ਸੀ ਲਾਹੌਰ ਹਾਂ ਜਨਾਬ ਮੈਂ ਰਿਹਾ 11 ਮਹੀਨੇ ਉਹਦੇ ਕੋਲ 2 ਉਹਦੀਆਂ ਧੀਆਂ ਸਨ ਉਹ ਵੀ ਉਹਦੇ ਵਰਗੀਆਂ ਅਤੇ ਉਹ ਵੀ ਉਹ ਖੇਡਾਂ 'ਚ ਪੀਂਘਾਂ ਦੇ ਘੋੜੀ ਬੜੀ ਭਜਾਉਂਦੀਆਂ ਇਸ ਤਰ੍ਹਾਂ ਮੰਜੀਆਂ ਪਈਆਂ ਨੇ ਨਾ ਉਹ ਤੋਂ ਉੱਧਰ ਵੀ ਅਤੇ ਇੱਧਰ ਵੀ ਪੁੱਠੀਆਂ ਬਾਜੀਆਂ ਲਾਉਂਦਿਆਂ ਜਾਣਾ ਤੇਰੇ ਭਾਵੇਂ ਕਿੱਥੋਂ ਤੋਕਰ ਲੈ ਜਾ ਹਾਂ ਉਹ ਜੇ ਉੱਧਰੋਂ ਇੱਕ ਨੇ ਪੀਂਘ ਚੜ੍ਹਾਈਏ ਇੱਧਰੋਂ ਇੱਕ ਨੇ ਚੜ੍ਹਾਈਏ ਇਹ ਜਿਹੜੀ ਉਹਦੇ 'ਤੇ ਹੋ ਗਈ ਉਹ ਜਿਹੜੀ ਇਹਦੇ 'ਤੇ ਹੋ ਗਈ ਹਾਂਜੀ ਬੰਦਾ ਕੀ ਕਰਦਾ ਸੀ ਉਹਦਾ ਬੰਦਾ ਸੀ ਸੀਨੀਅਰ ਟਰੈਕਟਰ ਟਰੈਕਟਰਾਂ ਦਾ ਸੀਨੀਅਰ ਸੀ ਟਰੈਕਟਰਾਂ ਦਾ ਹਾਂਜੀ ਅੱਛਾ ਅਤੇ ਉਹ ਮੈਂ ਕੀ ਕੰਮ ਕਰਨਾ ਸਵੇਰੇ ਉਹ 6:30 ਜਾਣਾ ਜਿਸ ਵੇਲੇ ਉਸ ਆਉਣਾ ਹੈ ਨਾ 4 ਵਜੇ ਆਉਣਾ ਅਤੇ ਤਾਂ ਵੀ ਫੋਨ ਕਰਕੇ ਆਉਣਾ ਅਤੇ 1-2 ਬੂਟੇ ਅੰਬਾਂ ਦੇ ਸਨ ਅਤੇ 1-2 ਮਾਜੂ ਸਨ ਉਹ ਮੈਂ ਜਾ ਕੇ ਕਦੀ ਜਿਹੜੇ ਉਹ ਸੌਣਾ ਉਹਦੇ ਥੱਲੇ ਬਹਿ ਜਾਣਾ ਉਹਨਾਂ ਨੂੰ ਪਿਆ ਉਂਗਲਾਂ ਚੁਣਦੀਆਂ ਉਹ ਵਕਤ ਲੱਗ ਗਿਆ ਜੀ ਉਹਨਾਂ ਵੱਡੇ ਮਾਂ ਨੂੰ ਆਖਣ ਲੱਗੀ ਕਿ ਮੈਨੂੰ ਆਖੇ ਤੈਨੂੰ ਮੈਂ ਉੱਥੇ ਵੀ ਮੇਮ ਕਰਾਵਾਂਗੀ ਮੇਮ ਕਰਾਵਾਂਗੀ ਉੱਥੇ ਵਿਆਹ ਤੇਰਾ ਕਰਾ ਦਾਂਗੇ ਬਾਹਰ ਲੈ ਜੀ ਵੱਡੇ ਨੇ 7 ਵਜੇ ਜਾਣਾ ਸੀ ਉਹਨੇ ਜਹਾਜ਼ 'ਤੇ ਆਈ ਸਮਝ ਮੈਂ ਆਖਿਆ ਵਾ ਕੰਮ 'ਤੇ ਮੇਰੇ ਬੱਚੇ ਨੇ ਜਿਹਦੇ ਬੂਹੇ 'ਤੇ ਜਾਣਗੇ ਉਹ ਆਖੇਗਾ ਉਹ ਕੁੜੀ ਹਵਾ ਟੁਰ ਗਿਆ ਜੀ ਉਹਦੇ ਮਗਰ ਜਾਓ ਉਹਨੂੰ ਨੈਤੀ 'ਤੇ ਬੂਟਾ ਇੱਕ ਮੁੰਡਾ ਹੋਰ ਸੀ ਛੋਟਾ ਮੈਂ ਬੱਚਿਆਂ ਸਦਕਾ ਉੱਥੇ ਨਹੀਂ ਗਿਆ ਆਈ ਸਮਝ ਉੱਥੋਂ ਰਾਤ ਦੇ 11 ਵਜੇ ਨੱਸ ਗਿਆ ਖਲੀਫਾ ਦੀ ਕੋਠੀ ਜਾ ਵੜਿਆ ਮਾਲ ਟਾਊਨ ਉੱਥੇ ਜਾ ਕੇ ਅਤੇ ਮੈਂ ਜਨਾਬ ਹਾਲੀ ਵੱਡੇ ਨੇ ਮੈਂ ਨਾਸ਼ਤਾ ਕਰਾਉਣਾ ਪਿਆ ਅਤੇ ਉਹ ਮੁੜ ਕੋ ਕਾਰ ਲੈ ਕੇ ਆ ਗਈ ਮੈਂ ਆਉਂਦਾ ਮੈਂ ਕਿਹਾ ਜੀ ਇਹਨੂੰ ਆਖ ਜੇ ਮੈਂ ਨਹੀਂ ਜਾਣਾ ਗੱਲ ਮੁੱਕੀ ਝਗੜਾ ਪਾਰ ਪਿਆ ਉਹ ਚਲੀ ਗਈ ਖਲੀਫਾ ਆਖਣ ਲੱਗਾ ਪਿਆ ਇਹਦੀ ਮਾਂ ਅਤੇ ਪਿਓ ਆਉਂਦੇ ਨੇ ਬਸ ਅਤੇ ਅਸੀਂ ਚੱਲੇ ਐਬਟਾਬਾਦ ਬਾਬਾ ਤੂੰ ਮੁਸਲਮਾਨ ਹੋ ਚੁੱਕਿਆ ਸੀ ਉਹ ਰਗੜਾ ਰੱਖ ਦਿੱਤਾ ਮੁਸਲਮਾਨ ਮੈਂ ਜਦੋਂ ਸਨ ਨਾ ਨਵਾਬ ਮਲੇਰਕੋਟਲੀਏ ਉਦੋਂ ਹੋਇਆ ਸੀ ਉਹਨਾਂ ਕੀਤਾ ਜੀ ਖਾਂ ਆਸਾਨ ਅਲੀ ਖਾਂ ਚਲੋ ਇਹ ਗੱਲ ਹੁਣ ਗਈ ਮੁੱਕ ਹਾਂ ਹੁਣ ਮੈਨੂੰ ਇਹ ਦੱਸੋ ਤੁਸੀਂ ਰੋਕੀ ਕਿਉਂ ਛੱਡਿਆ ਰੋਕੇ ਛੱਡਿਆ ਇਸ ਤੋਂ ਮੈਂ ਜਨਾਨੀ ਕੱਢੀ ਹੋਈ ਸੀ ਕਿੱਥੇ ਰੋਕੀ ਆਈ ਸੀ ਵਿਆਹ ਤੋਂ ਬਾਅਦ ਕੱਢੀ ਸੀ ਵਿਆਹ ਤੋਂ ਬਾਅਦ ਉਹ ਜਨਾਬ ਵਾਲੀ ਰੱਬ ਦੇ ਵਾਸਤੇ ਘਾਟਾ ਵੱਧਦੇ ਹੁੰਦੇ ਰਹਿੰਦੇ ਨੇ ਬੰਦੇ ਪੈਂਦੇ ਰਹਿੰਦੇ ਆ ਮੈਨੂੰ ਝੁੱਗੀਆਂ ਵਾਲੇ ਠਾਢੀ ਹਸਣ ਵਿਰਕ ਅਤੇ ਦੂਜਾ ਮੁਹੰਮਦ ਖਾਂ ਮੁਹੰਮਦ ਮੱਤੇ ਵਾਲਾ ਅਤੇ ਉਹ ਮੁਹੰਮਦ ਫੰਮਿਆਂ ਵਾਲਾ ਇਹ ਪਏ ਨੇ ਪਰੇ ਬਣ ਕੇ ਇਹਨਾਂ ਆਖਿਆ ਵਾ ਬੀਬੀ ਦੇ ਛੱਡ ਮੈਂ ਕਿਹਾ ਜੀ ਬੀਬੀ ਮੇਰੇ ਕੋਲ ਕੋਈ
ਤੇ ਨਾ ਆਵਿਆ ਜੇ ਵੀ ਅਗੇ ਮੁੜ ਉਹਨੂੰ ਤੂੰ ਅਗਾਂ ਪਿੱਛਾ ਕਰ ਛੱਡ। ਮੈਂ ਕਿਹਾ ਉਹ ਰੋਟੀਆਂ ਪਕਾ ਕੇ ਤੁਹਾਨੂੰ ਖਵਾਵਾਂਗਾ, ਜੇ ਔਖੀ ਬਣੀ ਤਾਂ ਮੈਂ ਕਿਹਾ ਫਾਇਰ ਮਾਰਾਂਗਾ ਅਤੇ ਤੁਸੀਂ ਆਪਣੇ ਘਰ 'ਚ ਮਾਰਾਂ, ਪਿੱਛਾ ਨਹੀਂ ਦੇਣੀ। ਉਹ ਘਾਟੇ ਵੱਧਦੇ ਹੁੰਦੇ ਰਹਿੰਦੇ ਨੇ, ਉਹ ਫਿਰ ਦੇ ਦਿੱਤੀ। ਉਹ ਅਗਾਂ ਵੀ ਲੱਗ ਪਈ ਤੇਰੇ ਮੇਰੇ ਨਾਲ ਵੀ ਸਲਾਮ ਦੋ ਲੈ। ਮੈਂ ਕਿਹਾ ਮੈਂ ਜਾਨ ਇਹਦੇ ਵਾਸਤੇ ਨਹੀਂ ਸੀ ਗਵਾਈ। ਉੱਥੋਂ ਫਿਰ ਜਨਾਬ ਵਾਲੀ ਮੈਂ ਗਿਆ ਸਾ ਨੜਕਾਣੇ, ਅਤੇ ਨੜਕਾਣਿਓ ਮੈਂ ਕੋਈ 10-20 ਦਿਨ ਰਿਹਾ, ਮਗਰੋਂ ਮੱਝੀ ਨਿਕਲੀਆਂ ਨੇ ਲੰਬੜਾਂ ਦੀਆਂ ਹਾਲੀ ਕਿ ਉਹ ਮੁੰਡਾ ਹੈ, ਮੱਝਾਂ ਨਿਕਲ ਗਈਆਂ, ਮੱਝਾਂ ਨਿਕਲ ਗਈਆਂ। ਮੈਨੂੰ ਕੋਈ ਪਤਾ ਨਹੀਂ, ਮੈਂ ਮਹੀਨੇ ਬਾਅਦ ਹਿਸਾਬ ਦਾ ਉੱਧਰੋਂ ਆਇਆ, ਕੋਈ ਵੀ ਨਾ ਮੈਂ ਮੁੰਡਾ ਹਾਲੀ ਕਿ ਉਹ ਮਿੱਠੇ ਮੁੰਡਾ ਸੀ, ਉਹਦੇ ਕਬਜ਼ੇ ਪਾਣੀ ਮੈਂ ਲਾਣੇ, ਹਲ ਮੈਂ ਵਾਹਣੇ, ਅਤੇ ਉਹਨੂੰ ਚੁੱਕ ਚੱਕ ਕੇ ਲੋਕਾਂ ਨੇ ਨਾ ਉਂਗਲਾਂ ਨਾਲ ਉਸ ਪਰਚਾ ਨਹੀਂ ਦਿੱਤਾ। ਇੱਕ ਬੰਦਾ ਹੋਰ ਸੀ ਕੁੜੀ ਆਵਾ, ਉਸ 1200 ਲੈ ਲਾ ਕੀਤਾ ਅਤੇ ਮੇਰੇ 'ਤੇ ਪਰਚਾ ਦੇ ਦਿੱਤਾ। ਤੇਰੇ 'ਤੇ ਝੂਠਾ ਪਰਚਾ ਦੇ ਦਿੱਤਾ? ਪਰਚਾ ਝੂਠਾ। ਸਹੀ ਹੋ ਗਿਆ, ਮੈਂ ਆਪ ਜਾ ਕੇ ਪੇਸ਼ ਹੋਇਆ। ਰੂਲਾ ਫੇਰਿਆ, ਫਿਰ ਪੈਰਾਂ ਆਲੂ ਬੱਧਾ ਤੇ ਬੋਰਡ ਨਾਲ ਟੰਗ ਦਿੱਤਾ। ਫਿਰ ਕੋਈ 10-15 ਮਿੰਟ ਬਾਹਰ ਦੇ, ਫਿਰ ਉੱਥੋਂ ਲਾਇਆ ਉਹਨੇ, ਫਿਰ ਸਵੇਰ ਤੋਂ ਲੱਗ ਕੇ ਤੈਨੂੰ ਸਾਰਾ ਖਾਣਾ ਵੀ ਅੱਜ ਵੀ ਆਖੇਗਾ। ਸਵੇਰ ਤੋਂ ਲੱਗ ਕੇ ਨਾ ਅਤੇ ਮੂਧਾ ਪਾ ਕੇ ਅਤੇ ਇੱਕ ਨੇ ਇੱਧਰ ਕੁਰਸੀ ਡਾਈ ਸੀ ਅਤੇ ਇੱਕ ਨੇ ਆਹ ਡਾਈ ਸੀ ਅਤੇ ਵਿਚਲੇ ਸਨ ਮੂਧਾ। ਇੱਕ ਸਫਾਈ ਇੱਥੇ ਬੈਠਾ ਸੀ, ਇੱਕ ਲੱਕ 'ਚ ਬੈਠਾ ਸੀ, ਲੱਕ 'ਚ ਵਾਲੇ ਨੇ ਪੈਰਾਂ 'ਚ ਪਕੜੇ ਸਨ। ਆਪਸਾ ਬਾਦੋਂ ਰੂਲ ਰਾਤੀ ਲੈ ਕੇ ਅਤੇ ਸਵੇਰੇ 6 ਵਜੇ ਤੋਂ ਲੱਗ ਕੇ 4 ਵਜੇ ਤੱਕ ਰੋਡਾ ਮਾਰਿਆ। ਇਸ ਸਮੇਂ ਅਖੀਰ ਮੁੜ ਉਹਨਾਂ ਇੱਥੋਂ ਬਾਹੀਂ ਬੱਧੀਆਂ ਨੇ, ਬਾਹੀਂ ਬੰਨ ਕੇ ਲਏ ਇੱਥੋਂ ਰੱਸਾ ਪਾ ਕੇ ਬੋਰਡ ਨਾਲ ਟੰਗ ਦਿੱਤਾ। ਬੋਰਡ ਨਾਲ ਫਿਰ ਤੈਨੂੰ ਕਿਹਨੇ ਛੁਡਾਇਆ? ਫਿਰ ਇਹ ਵਿੱਚ ਉਸ ਮਾਰਨ ਲੱਗਾ ਮੈਨੂੰ, ਆਂਦਾ ਹਾਂ ਓਏ ਗੱਲ ਕਰ। ਮੈਂ ਕਿਹਾ ਜੀ ਮੱਝੀ 'ਚ ਮੈਂ ਗਿਆ, ਮਨ ਮੰਨ ਗਿਆ ਸੀ, ਮਨ ਸੁਣਦਾ ਹੈ ਨਾ, ਮੱਝੀ ਮੰਨ ਗਿਆ। ਇੱਕ ਉੱਥੇ ਤੇਰੇ ਵਰਗਾ ਬੰਦਾ ਮੈਨੂੰ ਮਿਲ ਗਿਆ ਸੀ, ਉਹ ਮੈਂ ਕਿਹਾ ਤੁਸਾਂ ਮੈਨੂੰ ਲਾਓ, ਮੱਝੀ ਮੰਨ ਗਿਆ ਮੈਂ। ਉਹਨਾਂ ਤੁਰਿਆ ਫਿਰਿਆ ਉੱਠਿਆ ਨਹੀਂ ਸੀ ਜਾਂਦਾ, ਇੱਕੀ ਨੇ ਆਏ ਲੱਤਾਂ ਤੋਂ ਪਕੜਿਆ, ਇੱਕੀ ਨੇ ਬਾਹਾਂ ਤੋਂ ਪਕੜਿਆ, ਚੁੱਕ ਕੇ ਉਹਨਾਂ ਦੇ ਕੋਲ ਲਿਆ। ਹਾਂ ਬਾਈ, ਮੈਂ ਕਿਹਾ ਜੀ ਜੇ ਮੈਂ ਗੱਲ ਸੱਚੀ ਕੀਤੀ ਫਿਰ ਤੁਸਾਂ ਮਾਰਨਾ। ਮੈਂ ਕਿਹਾ ਨਹੀਂ ਜੀ। ਮੈਂ ਕਿਹਾ ਜੀ ਇਹਦੇ ਤੋਂ ਪੁੱਛੋ, ਉਹ ਉੱਤੇ ਬਹਿ ਕੇ ਮਰਵਾਉਂਦਾ ਸੀ। ਮੈਂ ਕਿਹਾ ਜੀ ਇਹਦੇ ਤੋਂ ਪੁੱਛੋ, ਇਹਦਾ ਮੈਂ ਕੋਠਾ ਬਣਾਇਆ ਸੀ, 12 ਦਿਹਾੜੀਆਂ ਲਾਈਆਂ ਨੇ, ਅਤੇ ਜਿਹੜਾ ਮਜ਼ਦੂਰ ਸੀ ਉਹ ਵੀ ਪਗੜੀ 'ਚ ਆਇਆ ਸੀ। ਜਿਹੜਾ ਉਸ ਵਕਤ ਮਜ਼ਦੂਰ ਸੀ ਨਾ ਮੇਰਾ, ਉਹ ਵੀ ਬੇਗਨਾ, ਉਹ ਵੀ ਪਗੜੀ 'ਚ ਆਇਆ ਸੀ। ਮੈਂ ਕਿਹਾ ਉਹ ਮਜ਼ਦੂਰ ਜੇ, ਉਹਨੂੰ ਮੈਂ ਘਰੋਂ ਦਿਹਾੜੀਆਂ ਦਿੱਤੀਆਂ ਨੇ, ਪੁੱਛ ਲਓ ਇਸ ਦਿੱਤੀਆਂ ਨੇ ਮੈਨੂੰ, ਇੱਕ 5 ਰੁਪਈਏ ਮੈਨੂੰ ਆਏ ਨੇ 12 ਦਿਨਾਂ ਦੇ ਦੋਵਾਂ ਬੰਦਿਆਂ ਨੇ, ਕਿਉਂ ਮੈਂ ਤੂੰ ਦਿੱਤੇ ਕਿਉਂ ਨਾ? ਉਸ ਆਖਿਆ ਜੀ ਅਸੀਂ ਮੰਗੇ ਨਹੀਂ। ਉਹ ਬੜਾ ਚਲਾਕ ਬੰਦਾ ਸੀ, ਬਹੁਤ ਫਲਾਡੀਆ ਅਤੇ ਬੜਾ ਚਲਾਕ ਸੀ। ਮੱਝੀ ਰਾਜਪੂਤਾਂ ਦੀਆਂ ਅਤੇ ਉਹ ਕੁੜੀ ਆਖਦਾ ਜੱਟ ਸੀ ਕੋਈ ਹੋਰ ਹੀ। ਦੱਸ ਉਸ 800 ਰੁਪਈਆ ਲੈਣਾ ਕੀਤਾ ਉਹ ਜਨਾਬ ਵਾਲੀ? ਮੈਂ ਕੰਮ ਕਰ ਰਿਹਾ ਸੀ ਵਿੱਚ। ਹਾਂਜੀ ਉਹ ਜਨਾਬ ਤੂੰ ਦਿੱਤੇ ਨਾ ਹੋਏ ਜੀ, ਅਸੀਂ ਮੰਗੇ ਨਾ। ਤੂੰ ਕੁੜੀ ਆਵੇ ਮੰਗੇ ਕਿਉਂ ਨਾ ਹੋਏ? ਮੈਂ ਕਿਹਾ ਜੀ ਸੁਣ ਲਾ ਸੱਚੀ ਜੇ ਮੋਟਰ ਮਾਰਨਾ। ਮੈਂ ਨਹੀਂ, ਮੈਂ ਕਿਹਾ ਜੀ ਮੰਗੇ ਇਸ ਤੂੰ ਨਹੀਂ ਸਹਿਣ, ਪਰ ਮੈਂ ਜੀ ਕੁੜੀ ਨਾਲ ਪੈਦਾ ਸੀ ਅਤੇ ਉਹਨੂੰ ਹੋ ਤੇ ਗਿਆ ਸੀ ਗੁਜਰਾਂ ਦੇ ਮੁੰਡੇ ਦਾ, ਅਤੇ ਉਹ ਕਢਾਉਂਦਾ ਫਿਰ ਲਈ ਉਹ ਗੁੱਜਰ ਹੀ ਮੈਨੂੰ ਆ ਗਿਆ, ਕੁੜੀ ਆਵੇ ਦਾ ਮਰਨ ਲੱਗਾ, ਆਪਣੇ 'ਚ ਪਾ ਜਿਹੜੀ ਹੋਵੇਗੀ। ਅੱਛਾ ਫਿਰ ਬੰਦਿਆਂ ਨੇ ਪਿੰਡ ਦੇ ਨਾਲ ਛੁਡਾਇਆ ਕਿ ਹੋਰ? ਨਹੀਂ, ਚੋਰੀ ਵਕੀਲ ਖਾਨ।
ਮੇਰੀ ਭੈਣ ਉੱਥੇ ਰੋਟੀ ਲੈ ਕੇ ਗਈ ਸੀ, ਕੁਛ ਖਾ ਗਛ ਖਾ ਕੇ ਨਾ ਵੇਖ ਕੇ ਅਤੇ ਡਿੱਗੀ ਪਈ ਸੀ ਭੈਣ ਤੁਹਾਡੀ ਭੈਣ, ਉਹ ਉੱਠੀ ਹੈ ਅਤੇ ਅੱਗੂ ਇਹ ਤਹਿਸੀਲੋਂ ਨਿਕਲਦਾ ਪਿਆ ਚੌਧਰੀ ਵਕੀਲ ਚੌਧਰੀ ਵਕੀਲ ਮਾਈ ਰੋਕਣੇ ਕਿੱਥੇ ਗਈ ਸਰ ਉਸਾ ਕਿਹਾ ਜੀ ਮੇਰਾ ਤਾਂ ਭਰਾ ਮਾਰ ਦਿੱਤਾ ਆਨਾ ਗੱਲ ਉਸਾ ਕਿਹਾ ਜਾ ਪਤਾ ਲਿਆ ਜੇ ਤਾਂ ਕੋਈ ਸ਼ਾਇਦ ਦਿੱਤੀ ਨਹੀਂ ਸੁ ਅਤੇ ਵੱਡੇ ਵਾਲੇ ਬੈਲਪ ਪਵਾ ਦਿਆਂਗੇ ਭੈਣ ਆਈ ਹੈ ਰੋਟੀ ਲੈ ਕੇ ਆਈ ਹੋਈ ਸੀ ਉਸ ਵੇਲੇ ਮੇਰੇ ਤੋਂ ਨਾ ਅੰਜ ਕਰਕੇ ਹੱਥ ਲੈ ਕੇ ਹੈਗਾ ਮੈਨੂੰ ਸਾਰਾ ਕੁਝ ਇੱਥੇ ਨਾ ਮੈਂ ਕਿਹਾ ਭੈਣ ਮੈਂ ਉੱਥੇ ਗਰਮ ਕਰਨਾ ਪਿਆ ਅਤੇ ਰੋਟੀ ਰੱਖ ਜਾ ਕੰਦਲਿਆਂ ਤੋਂ ਅੱਗੇ ਅਤੇ ਬੈਲਪ ਨਾ ਪਵਾਈ ਕਿਉਂ ਅੱਜ ਮੈਂ ਪਿੱਛੇ ਹੋਇਆ ਆ ਅਤੇ ਤੇਰੇ ਸਹੁਰੇ ਆਖਣਗੇ ਜੋ ਤਲਾ ਮੂਲਾ ਸੀ ਨਾ ਭਰਾ ਪਿੱਛੇ ਲਾ ਛੱਡਿਆ ਸੀ ਇਹ ਕੰਮ ਨਾ ਕਰੀ ਉਹਨੂੰ ਆਪ ਉਹਨੇ ਜੇ ਛੁੱਟਦਾ ਅਤੇ ਛੱਡਾ ਦੇ ਨਹੀਂ ਛੁੱਟਦਾ ਤੇਰਾ ਬੂਹਾ ਫੁੱਦੀ ਕੁੱਟਦੀ ਆ ਹੁਣ ਬੜੀ ਗੱਲ ਹੈ ਜੇ ਮੇਰਾ ਚਲਾਣ ਕਰਨਗੇ ਹੋਰ ਕੀ ਕਰਨਾ ਕੋਈ ਮੋਰ ਡੰਗਰ ਪਾ ਕੇ ਕੱਢ ਛੱਡਣਗੇ ਮੁੜ ਜਮਾਨ ਚੁਕਾ ਅੱਛਾ ਉਹ ਜਨਾਬ ਵਾਲੀ ਇਹ ਆਖਿਆ ਜੀ ਕੋਈ ਸ਼ਹਿਰ ਨਹੀਂ ਬਾਕੀ ਆਹ ਗੱਲ ਬੰਦਾ ਉਸ ਵੱਡੇ ਵਾਲੇ ਮੁੰਡਾ ਗਾਮੂ ਗਰਮੂਲੇ ਵਾਲਾ ਅਤੇ ਬੂਟਾ ਤਲਾ ਵਾਲੀ ਆ ਅਤੇ ਚੌਰੀ ਤਰਾਵੇ ਗਏ ਨੇ ਇਹ ਗਏ ਨੇ ਨਾ ਮੈਨੂੰ ਅੰਦਰੋਂ ਹਵਾਲਾ ਆਡੀਓ ਕੱਢਿਆ ਕੱਢ ਕੇ ਅਤੇ ਅੱਗੇ ਵਕੀਲ ਨੂੰ ਜਾਂਦਾ ਆਉਂਦਾ ਪਿਆ ਇਹ ਮੰਨ ਗਿਆ ਮੈਂ ਕਿਹਾ ਹੁਣ ਮੈਂ ਟਲਦਾ ਨਹੀਂ ਸੀ ਮੈਨੂੰ ਆਉਂਦਾ ਮੰਨ ਗਿਆ ਮੈਂ ਕਿਹਾ ਤੈਨੂੰ ਕਿਹੜਾ ਕੁੜੀ ਆ ਬੰਦਾ ਮੇਰੇ ਕੋਲ ਕੀ ਹੈ ਜਿਹੜਾ ਮੈਂ ਮੰਨ ਬਸ ਤੇਰੀ ਧੀ ਨੇ ਆ ਗਾਲੀ ਕਰਨਾ ਮੈਂ ਕਿਹਾ ਜੀ ਮੈਂ ਗਾਲ ਇਸ ਤੂੰ ਕਰਨਾ ਪਰ ਮੈਂ ਕਿਹਨੂੰ ਕੁੜੀ ਆ ਮੈਨੂੰ ਆਖਿਆ ਬਸ ਮੇਰੇ ਕੋਲ ਮੱਝੀ ਨੇ ਹੈ ਕੁੜੀ ਆ ਇਹ ਵਕੀਲ ਖਾਂ ਉੱਠ ਕੇ ਤੁਰ ਪਿਆ ਚੌਰੀ ਜੀ ਗੱਲ ਤਾਂ ਸੋਚ ਰੱਖਿਆ ਤੂੰ ਕੁੜੀ ਦੀ ਠੰਡੀ ਯਾਰ ਇਹਨੂੰ ਮਾਰ ਛੱਡ ਉਹਨੂੰ ਕਹਿੰਦਾ ਹਾਂ ਖਾਨਦਾਰ ਨੂੰ ਇਹਨੂੰ ਮਾਰ ਦੇ ਅਤੇ ਜੇ ਕੋਈ ਇਹਦਾ ਹੋਇਆ ਤੈਨੂੰ ਵੱਡੇ ਨੂੰ ਦੱਸ ਦੇ ਤੂੰ ਬੇਗਨਾ ਨੂੰ ਮਾਰ ਮਾਰ ਕੇ ਅਤੇ ਤੂੰ ਫਨਾ ਕਰ ਛੱਡਿਆ ਅਤੇ ਉੱਤੋਂ ਗਾਲ ਕੱਢੀ ਆ ਉਹਨੂੰ ਉਹਨੂੰ ਨਹੀਂ ਕੱਢੀ ਮੈਨੂੰ ਕੱਢੀ ਆ ਉਹਦਿਆਂ ਇਹਦੀ ਜ਼ੋਰਤਾ ਵੇਖੀ ਸੀ ਅਖੀਰ ਇਹ ਛੱਡਵਾ ਕੇ ਨਿਕਲਿਆ ਉਸ ਆਖਿਆ ਜੀ ਇੱਕ ਮੇਰਾ ਵਾਇਦਾ ਮੰਨ ਬਾਰਾਂ ਤਰੀਕ ਉਦਣ ਖਾ ਦੋ ਸੀ ਕਿ ਇੱਕ ਸੀ ਬਾਰਾਂ ਤਰੀਕ ਨੂੰ ਮੈਂ ਛੱਡ ਦਿਆ ਉੱਥੇ ਹੀ ਤੁਰਿਆ ਫਿਰਿਆ ਕਿੱਥੇ ਜਾਂਦਾ ਸੀ ਇਹਨਾਂ ਫਿਰ ਮੈਨੂੰ ਆਜ਼ਾਦ ਕਰ ਦਿੱਤਾ ਕਦੀ ਮੈਨੂੰ ਵਧਾਉਣੀ ਕਰ ਦੇਣ ਕਦੀ ਪਹਿਲਾਂ ਪਏ ਤੁਰੇ ਫਿਰੇ ਜਾਂ ਪੈਰਾਂ 'ਚ ਜਾਣ ਪਵੇ ਅਤੇ ਫਿਰ ਇੱਕ ਦਿਨ ਮੈਂ ਸਾਗ ਤੋੜ ਕੇ ਅਤੇ ਸਿਰ 'ਤੇ ਧਰੀ ਪੌਦਿਆਂ ਵਾਲੇ ਮੈਂ ਰੋਇਆ ਵਾ ਰੋਇਆ ਤੂੰ ਪੌਦਿਆਂ ਵਾਲੇ ਰੋਇਆ ਮੈਂ ਜਿੰਨੀਆਂ ਤਫਤੀਸ਼ਾਂ ਹੁੰਦੀਆਂ ਰਹੀਆਂ ਨੇ ਮੇਰੇ ਅੱਲਾ ਨੂੰ ਪਤਾ ਉਹਦਾ ਵੀ ਮੈਂ ਐਡਾ ਕੁ ਬੰਨਾ ਸਾਰਾ ਐਡਾ ਆਹ ਮੈਂ ਪੈਰ ਧਰਿਆ ਨਾ ਅਤੇ ਮੈਂ ਡਿੱਗ ਪਿਆ ਡਿੱਗਿਆ ਫਿਰ ਮੈਂ ਰੋਇਆ ਕਿ ਉਮਰ ਗਲ ਗਈ ਹੁਣ ਮੈਨੂੰ ਹੀ ਪੀੜ ਹੋਣੀ ਸੀ ਅਤੇ ਮੇਰੀਆਂ ਹੀ ਲੱਤਾਂ ਆ ਹੁਣ ਮੈਂ ਉਹ ਗੋਡਾ ਲਾ ਕੇ ਆਇਆ ਵਾਂ ਆਈ ਸਮਝ ਅਵੇ ਸੁੱਜੀ ਨਹੀਂ ਅਜੇ ਵੀ ਲੱਤ ਵੇਖ ਲੈ ਕਿੰਨੀ ਸੁੱਜੀ ਇਹਨੂੰ ਵੇਖ ਲੈ ਉਹਨੂੰ ਵੇਖ ਅਤੇ ਕੁੜੀ ਆਵੇ ਜਾਨ ਬੜੀ ਚੰਗੀ ਸੀ ਗੁਆ ਦੇ 'ਚ ਹੀ ਕੁੜੀ ਆਵਿਆ ਜਵਾਨੀ ਦੀਆਂ ਸੱਟਾਂ ਹੁਣ ਯਾਦ ਆਉਂਦੀਆਂ ਅੱਛਾ ਫਿਰ ਇਸ ਪਿੰਡ ਦੇ ਵਿੱਚ ਲੈ ਜਾਂਦਾ ਆਪਣਾ ਸਾਰਾ ਫਿਰ ਇਸ ਪਿੰਡ 'ਚ ਆ ਗਿਆ ਜੀ ਫਿਰ ਜਿਵੇਂ ਵੀ ਗੁਜ਼ਾਰਾ ਕੀਤਾ ਜਿਵੇਂ ਹੁੰਦਾ ਰਿਹਾ ਮੇਰੇ ਕੋਲ ਕੋਈ ਸ਼ਾਇਦ ਨਹੀਂ ਨਾ ਅਤੇ ਉਹ ਵਕੀਲ ਖਾਂ ਦਿੱਤੀ ਹੈ ਅਸੀਂ ਸਮਝੀਏ ਮੇਰੇ ਕੋਲ ਆਟਾ ਕੋਣੀ ਅਤੇ ਉਹ ਵਕੀਲ ਖਾਂ ਘਰੋਂ ਘੱਲਿਆ ਜਿੰਨੀ ਕੁ ਕੋਸ਼ਿਸ਼ ਕੀਤੀ ਉਸ ਮੈਂ ਫਿਰ ਉਹਦੇ ਨਾਲ 3 ਸਾਲ ਰਿਹਾ ਮੁੰਡਾ ਵੀ ਮੇਰਾ ਉਹਦੇ ਨਾਲ ਰਿਹਾ ਅਖੀਰ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਮੱਤ ਆਉਂਦੀ ਗਈ ਹੈ ਅਤੇ ਆਪਣਾ ਪੈਰਾਂ 'ਤੇ ਹੁੰਦੇ ਗਏ ਹੁਣ ਉਹ ਹੀ ਮੈਂ ਹਾਂ ਉਹ ਚੌਰੀ ਤੁਸੀਂ ਹੋ ਅੱਛਾ ਹੋ ਗਿਆ ਜੀ ਹੁਣ ਇਸ ਪਿੰਡ ਦੇ ਵਾਸੀ ਹੋ ਗਏ ਸਭ
ਹੁਣ ਚਾਰਾ ਕਰਦੇ ਨੇ ਪੁੱਤਰ ਆਇਆ ਸੀ ਅਗਲੇ ਦਿਨ ਵੱਡਾ ਉਹ ਜਾ ਕੇ ਨਾ ਅਤੇ ਸਾਰੇ ਭਰਾ ਇਕੱਠੇ ਕੀਤੇ ਨੇ ਪਰ ਪਿਓ ਉੱਥੇ ਪੱਠੇ ਵੜਦਾ ਅਤੇ ਮੈਨੂੰ ਨਹੀਂ ਚੰਗਾ ਲੱਗਾ ਤੁਸੀਂ ਮੈਨੂੰ ਦਿਓ ਲਿਆ ਕੇ ਹਾਂਜੀ ਉਹ ਮੈਂ ਕਿਹਾ ਕਿਲੇ ਮੇਰੇ ਨੇੜੇ ਲੱਗੇ ਅਤੇ ਫਿਰ ਹੀ ਲੱਗੇ ਉਹਦਾ ਕਿਹਾ ਇਹ ਸ਼ੇਰ ਬੋਲਦੇ ਨੇ ਚਲੋ ਹੁਣ ਚਲੇ ਜਾਓ ਨਾ ਨਾ ਸਿਗਰ ਐਵੇਂ ਉਹਦੇ ਕੰਮੋਂ ਵੀ ਗਵਾ ਜਦੋਂ ਮੈਂ ਇਹ ਕੰਮ ਸ਼ੇਰ ਸ਼ੂਰੀ ਸੁਣਾ ਦਿਓ ਪੁਰਾਣੇ ਆਪਣੇ ਯਾਰਾਂ ਬੇਲੀਆਂ ਵਾਲੇ ਕੋਈ ਮਾਈਏ ਕੋਈ ਉਸ ਆਖਿਆ ਕਾਲ ਬਲੈਂਦੀ ਤੇ ਨਾ ਦੁਖਿਆ ਗੱਜ ਕੇ ਗੰਦਲ ਟੁਰੀਏ ਨੀਲੀਓ ਵਿਰਕੀ ਪਈਏ ਲੱਗ ਕੇ ਸਾਟੇ ਖਾਰਿਆਂ ਨੂੰ ਜਦੋਂ ਪੰਜੇਰ ਜਗਮੱਲੇ ਕਾ ਵਿੱਚ ਮੰਗੂੰਦੇ ਆ ਗਿਆ ਫੱਜ ਕੇ ਫੌਜਾ ਸਿੰਘ ਵੜਾਇਆ ਚ ਆਖਿਆ ਨੂੰ ਇਹ ਕਿਹਦਾ ਭਾਰ ਭਰੇਰਾ ਹੈ ਤੇ ਇੱਥੇ ਵੱਜ ਲੈ ਜਾ ਸੀਗਾ ਵੱਜ ਕੇ ਕਿਹੜਾ ਪੰਜ ਪੋਤਰੇ ਸ਼ੇਰ ਸਿੰਘ ਖਾਰੇ ਦੇ ਤ੍ਰੈ ਵਰਨ ਉਸ ਆਖਿਆ ਜਾ ਕੇ ਕਿਹੜਾ ਗੁਰਮੁਖ ਸਿੰਘ ਨੂੰ ਪੈ ਗਈਆਂ ਨੇ ਉਹ ਸੌਂਦਾ ਮੰਜੀ ਵੇ ਝਾਵੇਲੀ ਦੇ ਜਾ ਕੇ ਡਾਂਗਾਂ ਦੋਵੇਂ ਰੱਖਦਾ ਇੱਕ ਸਰਾਣੇ ਦੂਜੀ ਵਾਰ ਦੇ ਵਿੱਚ ਲੁਕਾ ਕੇ ਉਧਰੂ ਫਲਾ ਚੋਰਾਂ ਆ ਸੱਟਿਆ ਸੁੱਤੇ ਵਿਰਕ ਦੀਆਂ ਉੱਗਰ ਗਈਆਂ ਜਿਹੜੇ ਬਗਾਨੇ ਪੁੱਤਰ ਖੜੇ ਨੇ ਸਿਰ 'ਚ ਹਥਿਆਰ ਫਬਾ ਕੇ ਉੱਠਦੇ ਪਏ ਵਿਰਕ ਨੂੰ ਬੁੱਧੂ ਖਾਰੇ ਲਈਏ ਖਿੱਚ ਬੁਲਾ ਕੇ ਉੱਥੋਂ ਤੋਕਰ ਗੋਡੋ ਖੋੜੀ ਹੁੰਦਾ ਗਿਆ ਵੇਖਿਆ ਸੁ ਮੱਥੇ ਦੀ ਰਾਤ ਹਟਾ ਕੇ ਪੱਟੀ ਵਾਲੀ ਡਾਂਗ ਚੋਰਾਂ 'ਚ ਆ ਲਈਏ ਵਾਲ ਵਾਲੀ ਖਿੱਚਦਾ ਆਉਂਦਾ ਲੜਿਆ ਵਾਂਗ ਸਨਾਸੀਆਂ ਕੀਤੇ ਸੁਫੇੜ ਪਰਤਾ ਕੇ ਆਉਂਦਾ ਜੇ ਕਦੀ ਅੱਜ ਮੱਝ ਚੋਰ ਲੈ ਗਏ ਨਾ ਤੇ ਮੈਨੂੰ ਵੀਰੇ ਕਿਸੇ ਨਹੀਂ ਸੱਦਣਾ ਦੇਣ ਡੇਰਿਆਂ 'ਤੇ ਸ਼ਰੀਕ ਵੀ ਦੇਸਣਗੇ ਮੂੰਹ ਪਵਾ ਕੇ ਪੰਜ ਪੋਤਰੇ ਸ਼ੇਰ ਸਿੰਘ ਖਾਰੇ ਦੇ ਤ੍ਰੈ ਵਰਨ ਅੱਠੀ ਵਾਰੋ ਵਾਰੀ ਪਰਤਣ ਲੱਗ ਪਏ ਨੇ ਠੰਮੀ ਇੱਕ ਵੀਰਕ ਤੂੰ ਗਏ ਨੇ ਜਿੰਦ ਛੱਡਾ ਕੇ ਸਹੀ ਹੋ ਗਿਆ ਅੱਛਾ ਜਦੋਂ ਡੇਰਿਆਂ 'ਤੇ ਜਾਂਦੇ ਸੀ ਉਦੋਂ ਸੁਣਿਆ ਉੱਥੇ ਡੇਰਿਆਂ 'ਤੇ ਬੜੇ ਬੜੇ ਐਵੇਂ ਦੇ ਤੁਸੀਂ ਮਾਈਏ ਇੱਕ ਦੂਜੇ ਨੂੰ ਸੁਣਾਉਂਦੇ ਹਾਂ ਅੱਜ ਵੀ ਜਾਂਦੇ ਨੇ ਲੋਕ ਅਤੇ ਤੁਸੀਂ ਹੁਣ ਕਦੀ ਪੈਲੀਆਂ 'ਚ ਜਾ ਕੇ ਆਪਣੇ ਆਪ ਨੂੰ ਸੁਣਾਉਂਦੇ ਹੋ ਜਾਂ ਲੋਕਾਂ ਨੂੰ ਜਦੋਂ ਲੋਕ ਸਾਈਆਂ 'ਤੇ ਲਿਜਾਂਦੇ ਸਨ ਸਾਈਆਂ 'ਤੇ ਲਿਜਾਂਦੇ ਸਾਈਆਂ 'ਤੇ ਜਿਵੇਂ ਇੱਕ ਕੰਜਰੀ ਲਿਆਉਣੀ ਹੈ ਨਾ ਛੱਡ ਕੇ ਇਹ ਜਿਹੜੇ ਪੰਜਾਬੀ ਸਨ ਨਾ ਇਹ ਢੋਲਿਆਂ ਵਾਲਿਆਂ ਨੂੰ ਲਿਜਾਂਦੇ ਸਨ ਅਤੇ ਨੂਰੀ ਕੈਂਬੋ ਕਾ ਜਿਹੜਾ ਸੀ ਨਾ ਉਹ ਜਿੱਥੇ ਰਾਤ ਨੂੰ ਢੋਲੇ ਆ ਜਾਂਦਾ ਸੀ ਅਤੇ ਵੱਡੇ ਉੱਥੇ ਕਤਲ ਜ਼ਰੂਰ ਹੋ ਜਾਂਦਾ ਸੀ ਉਹ ਕੀ ਮਸ਼ਹੂਰ ਸੀ ਬਾਬਾ ਹਾਂ ਸਹੀ ਹੋ ਹੋਰ ਕੋਈ ਆਉਂਦਾ ਇਸ ਟਾਈਮ ਲੈਣ 'ਚ ਹੋਰ ਕੋਈ ਨਹੀਂ ਉਹ ਆਉਂਦਾ ਦੋਵੇਂ ਜ਼ੁਲਮ ਸਿਆਲਾਂ ਦੇ ਪੇਸ਼ ਆਵੇ ਜਿੰਨਾ ਚਾਕਤੀ ਚਾਹ ਨਖੇੜਿਆ ਰਾਂਝਾ ਤਖਤਾ ਹਜ਼ਾਰੇ ਦਾ ਫੁੱਲ ਨੂਰੀ ਖੇੜਾ ਖਾਮ ਖਿਆਲ ਚਾਹ ਸੇਰਿਓ ਨੇ ਕਰਕੇ ਦੂਰ ਹਜ਼ੂਰ ਦੇ ਨੂਰ ਕੋਲੋਂ ਸਾਡੇ ਨਾਲ ਗਰ ਅੰਗ ਭੇੜਿਓ ਨੇ ਬਾਜ ਮੰਤਰਾਂ ਬੂਟੀਆਂ ਸ਼ੇਰ ਆਲਮ ਨਾਂਗਾਂ ਸੁੱਤਿਆਂ ਨੂੰ ਕਾਹਨੂੰ ਖੇੜਿਆ ਵਧੀਆ ਹੋ ਗਿਆ ਬਜ਼ੁਰਗੋ ਬਹੁਤ ਮਿਹਰਬਾਨੀ ਮਿਹਰਬਾਨੀ ਜਨਾਬ ਬਹੁਤ ਸ਼ੁਕਰੀਆ